ਐਸਜੀਪੀ ਸੀ ਪ੍ਰਧਾਨ ਪ੍ਰੋਫੈਸਰ ਕਿਰਪਾਲ ਸਿੰਘ ਬਡੂੰਗਰ ਨੇ ਹੁੱਲੜਬਾਜ਼ੀ ਕਰਨ ਦੀ ਕਰੜੇ ਸ਼ਬਦਾਂ ਵਿੱਚ ਨਖੇਧੀ ਕੀਤੀ ਹੈ ਅਤੇ ਕਿਹਾ ਕਿ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਮਾਮਲੇ ਦੇ ਤਹਿਤ ਪਰਚਾ ਦਰਜ ਹੋਣਾ ਚਾਹੀਦਾ ਹੈ। ਪਹਿਲਾਂ ਤਾਂ ਪੰਥ ਦੇ ਭਗੌੜੇ ਮਾਸਟਰ ਜੋਹਰ ਸਿੰਘ ਨੇ ਉੱਥੇ ਕਬਜ਼ਾ ਕਰ ਲਿਆ। ਜੇ ਸਿੱਖ ਸੰਗਤਾਂ ਨੇ ਚਾਹਿਆ ਕਿ ਧਾਰਮਿਕ ਸਥਾਨ ਅਸੀਂ ਇੱਥੇ ਅਖੰਡ ਪਾਠ ਸਾਹਿਬ ਦੀ ਲੜੀ ਚਲਾਉਣੀ ਹੈ, ਗੁਰਮਤਿ ਦਾ ਪ੍ਰਚਾਰ ਪ੍ਰਸਾਰ, ਅਤੇ ਉੱਥੇ ਰੋਕਾਂ ਲੱਗ ਗਈਆਂ। ਔਰ ਕਾਂਗਰਸ ਨੇ ਉਹ ਦਿਨ ਯਾਦ ਕਰਾ ਦੇ 1984 ਵਾਲੇ, ਭਾਵੇਂ ਬਾਜਵਾ ਪਰਿਵਾਰ ਆ, ਭਾਵੇਂ ਉਹਦੇ ਨਾਲ ਦੇ ਸਾਰੇ ਜਿਹੜੇ ਹੋਰ ਪਰਿਵਾਰ ਨੇ। ਔਰ ਇੱਥੋਂ ਤੱਕ ਜਦੋਂ ਦਾ ਅਕਾਲ ਤਖ਼ਤ ਸ਼ੁਰੂ ਹੋਇਆ, ਉਹਨਾਂ ਦੇ ਤਖ਼ਤ ਦੇ ਜਥੇਦਾਰ ਸਾਹਿਬ, ਉਹ ਕਦੇ ਕਿਸੇ ਨੇ ਹਟ ਕੇ ਬੋਲਿਆ ਨਹੀਂ ਹੈ। ਇਹ ਪਹਿਲੀ ਵਾਰ ਹੋਇਆ ਕਿ ਮੌਜੂਦਾ ਸਰਕਾਰ ਦੇ ਪ੍ਰਬੰਧ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਗੁਰਦੁਆਰਾ ਸਾਹਿਬ ਦੇ ਅੰਦਰ ਦਾਖਲ ਹੋਣ ਤੋਂ ਹੀ ਰੋਕਤਾ। ਯਾਨੀ ਇਹ ਧਰਮ ਸਿੱਧੀ ਦਖਲ ਅੰਦਾਜ਼ੀ ਹੈ, ਅਖੰਡ ਪਾਠ ਸਾਹਿਬ ਦਾ ਖੰਡਰ ਹੋਇਆ ਇੱਕ ਤਰ੍ਹਾਂ ਨਾਲ, ਔਰ ਸਰਕਾਰ ਦੀ ਸ਼ਕਤੀ ਦਾ ਬਿਲਕੁਲ ਦੁਰਉਪਯੋਗ ਹੋਇਆ। ਮੈਂ ਜੋ ਸਰਕਾਰ ਮੁਖੀ ਨੇ ਕੈਪਟਨ ਅਮਰਿੰਦਰ ਸਿੰਘ, ਜਿਨ੍ਹਾਂ ਦੇ ਪਰਿਵਾਰ ਨੂੰ 6ਵੇਂ ਪਾਤਸ਼ਾਹ ਨੇ 1300 ਮੇਰਾ ਅਸਹਿ ਦਾ ਵਰਦਾਨ ਦਿੱਤਾ, ਜਿਹਨਾਂ ਨੂੰ ਬਾਦਸ਼ਾਹੀਆਂ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਬਖਸ਼ਿਸ਼ ਕੀਤੀਆਂ, ਉਹਨਾਂ ਦੇ ਰਾਜ ਵਿੱਚ ਜੇ ਗੁਰੂ ਗ੍ਰੰਥ ਸਾਹਿਬ ਦੀ ਇੱਦਾਂ ਬੇਅਦਬੀ ਹੋਗੀ, ਗੁਰਦੁਆਰਾ ਸਾਹਿਬ ਦੀ ਬੇਅਦਬੀ ਹੋਗੀ, ਅਤੇ ਇਸ ਤੋਂ ਵੱਡੀ ਹੋਰ ਕੋਈ ਦਰਦਨਾਕ, ਅਫਸੋਸਨਾਕ, ਦੁਖਦਾਇਕ ਗੱਲ ਹੋ ਨਹੀਂ ਸਕਦੀ। ਇਸ ਤਰ੍ਹਾਂ ਦੀਆਂ ਘਟਨਾਵਾਂ ਕਦੇ ਖਾਲਸਾ ਪੰਥ ਨੇ ਸਵੀਕਾਰ ਨਹੀਂ ਕੀਤੀਆਂ, ਭਾਵੇਂ ਉਹ ਮੁਗਲ ਆਏ ਨੇ, ਭਾਵੇਂ ਅੰਗਰੇਜ਼ ਆਏ ਨੇ, ਭਾਵੇਂ ਇੰਦਰਾ ਗਾਂਧੀ ਵਰਗੀ ਜਾਵਰ ਪ੍ਰਧਾਨ ਮੰਤਰੀ ਹੋਈ ਆ, ਉਹਨਾਂ ਨੂੰ ਅਜਿਹੀਆਂ ਘਿਨਾਉਣੀਆਂ ਕਾਰਵਾਈਆਂ ਤੋਂ ਬਾਜ਼ ਆਉਣਾ ਚਾਹੀਦਾ। ਅਤੇ ਨਹੀਂ ਤਾਂ ਜੋ ਖਾਲਸਾ ਪੰਥ ਦਾ ਰੋਹ ਹੈ, ਗੁੱਸਾ ਹੈ, ਤਾਂ ਉਹਦਾ ਮੁਕਾਬਲਾ ਕਰਨ ਲਈ ਉਹ ਕਰਨਾ ਚਾਹੀਦਾ।